ਬਹਾਦਰ ਜੰਗ ਦੇ ਹੀਰੋ ਜਿਨ੍ਹਾਂ ਨੇ ਅੱਜ ਦੇ ਦਿਨ ਜਿਹੜੇ ਸ਼ਹੀਦ ਹੋਏ, ਆਪਣੇ ਪਰਿਵਾਰ, ਨਿੱਕੇ ਨਿੱਕੇ ਬੱਚੇ, ਸਾਡੇ ਨਗਰ ਨੂੰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਨੂੰ ਛੱਡ ਕੇ ਸਾਡੇ ਦੇਸ਼ ਲਈ, ਸਾਡੀ ਕੌਮ ਲਈ ਸ਼ਹੀਦੀ ਪਾ ਗਏ। ਮਾਣ ਆ ਸਾਨੂੰ ਉਹਨਾਂ ਸ਼ਹੀਦਾਂ 'ਤੇ। ਜੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਹਾਂ ਤਾਂ ਇਹਨਾਂ ਫੌਜੀ ਵੀਰਾਂ, ਅਵਤਾਰ ਸਿੰਘ ਵਰਗੇ ਯੋਧਿਆਂ ਦਾ ਕਰਕੇ ਅਸੀਂ ਜਿਹੜਾ ਆਜ਼ਾਦੀ ਦਾ ਨਿੱਘ ਮਾਣਦੇ ਹਾਂ। ਧੰਨ ਆ ਉਹ ਸਾਡੇ ਫੌਜੀ ਵੀਰ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਸਰਾਣੇ ਬਾਂਹ ਕਰਕੇ ਅਸੀਂ ਆਰਾਮ ਨਾਲ ਸੁੱਤੇ ਪਏ ਹੁੰਦੇ ਹਾਂ, ਅਤੇ ਉਹ ਸਾਡੇ ਵੀਰ ਸਰਹੱਦਾਂ 'ਤੇ ਲੜਦੇ ਆ ਦਿਨ ਰਾਤ। ਕਿਹਦੀ ਖਾਤਰ? ਆਪਣੇ ਦੇਸ਼ ਦੀ ਖਾਤਰ, ਆਪਣੇ ਦੇਸ਼ ਦੀ ਪਬਲਿਕ ਦੀ ਖਾਤਰ। ਸੋ ਪਿੰਡ ਲੋਕੋ ਨੂੰ ਬਹੁਤ ਮਾਣ ਆ ਉਸ ਯੋਧੇ ਅਵਤਾਰ ਸਿੰਘ 'ਤੇ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਦੇ ਦਿਨ ਸਾਡੇ ਪਿੰਡ ਦੇ ਫੌਜੀ ਵੀਰ, ਇਲਾਕੇ ਦੇ ਫੁੱਲਭਰ ਦੇ ਫੌਜੀ ਵੀਰ ਕੋਈ ਪਿੰਡਾਂ ਤੋਂ ਉਹ ਹਾਜ਼ਰ ਹੋਏ ਆ। ਸੋ ਆਪਾਂ ਅੱਜ ਦਾ ਦਿਹਾੜਾ ਮਨਾ ਰਹੇ ਹਾਂ ਸਾਡੇ ਪਿੰਡ ਦੀਆਂ ਸਤਿਕਾਰਯੋਗ ਕਲੱਬਾਂ ਦੀਆਂ। ਔਰ ਮੈਂ ਕੀ, ਕਿਉਂਕਿ ਗਿਣਵੇਂ ਚੁਣਵੇ ਜਿਨ੍ਹਾਂ ਨੂੰ ਪਤਾ, ਜਿਹੜੀਆਂ ਸ਼ਹੀਦਾਂ ਨੂੰ ਪਤਾ ਕਿ ਇਹਨਾਂ ਫੌਜੀਆਂ ਦਾ ਕੀ ਰੁਤਬਾ ਸਾਡੇ ਲਈ ਅਤੇ ਸਾਡੇ ਦੇਸ਼ ਲਈ, ਉਹ ਸਤਿਕਾਰਯੋਗ ਸ਼ਹੀਦਾਂ ਹਾਜ਼ਰ ਹੋਈਆਂ। ਇੱਕ ਮੈਂ ਤੁਹਾਨੂੰ ਜਿੰਨੇ ਵੀ ਪਿੰਡ ਦੇ, ਤੁਸੀਂ ਬਹੁਤ ਸਤਿਕਾਰਯੋਗ ਸ਼ਹੀਦਾਂ ਲੋਕੋ ਪਿੰਡ ਦੇ ਹਾਜ਼ਰ ਹੋਏ ਹੋ, ਆਪਾਂ ਜਿੰਨਾ ਵੀ ਹੋ ਸਕੇ ਸਾਡੀਆਂ ਪੰਚਾਇਤਾਂ, ਸਾਡੀਆਂ ਕਲੱਬਾਂ, ਕਿਉਂਕਿ ਪਰਿਵਾਰ ਨੇ ਸਾਨੂੰ ਦੇਤਾ। ਇਹ ਇੱਕ ਪਰਿਵਾਰ ਦਾ ਨਹੀਂ, ਇੱਕ ਲੋਕੋ ਦਾ ਨਹੀਂ, ਇਹ ਦੇਸ਼ ਦਾ ਯੋਧਾ ਹੈ। ਪਰ ਬਣਦਾ ਫਰਜ਼ ਸਾਡੇ ਨਗਰ ਦਾ ਕਿ ਇਹਨਾਂ ਯੋਧਿਆਂ ਦੀ ਜਿਹੜੀ ਯਾਦ ਨੂੰ ਤਾਜ਼ਾ ਕਰੀਏ। ਤਾਂ ਹੀ ਪਰਿਵਾਰਾਂ ਨੂੰ ਮਾਣ ਹੁੰਦਾ, ਫੌਜੀ ਯੋਧਿਆਂ ਨੂੰ ਮਾਣ ਹੁੰਦਾ ਕਿ ਜੇ ਦੇਸ਼ ਲਈ ਕੁਰਬਾਨੀ ਕੀਤੀ ਆ ਸਾਡੇ ਫੌਜੀ ਵੀਰ ਨੇ, ਤਾਂ ਉਹਨਾਂ ਦਾ ਜਿਹੜਾ ਦਿਹਾੜਾ ਨਗਰ ਵੱਲੋਂ ਮਨਾਇਆ ਜਾਂਦਾ। ਪਤਾ ਲੱਗਿਆ ਫੌਜੀ ਸਾਹਿਬ ਉਹਨਾਂ ਨੂੰ ਕਿ ਅਫੀਸਰ ਸਾਹਿਬਾਨ ਆਉਣੇ ਸੀ, ਅਚਾਨਕ ਉਹਨਾਂ ਦਾ ਦੌਰਾ ਕੈਂਸਲ ਹੋ ਗਿਆ। ਮੈਂ ਤਾਂ ਇਹ ਵੀ ਕਹੂੰਗਾ ਕਿ ਜ਼ਰੂਰ ਕਿਸੇ ਨਾ ਕਿਸੇ ਅਫੀਸਰ ਨੂੰ ਗਾਂਹ ਡਿਊਟੀ ਲੱਗਣੀ ਚਾਹੀਦੀ ਸੀ। ਸੋ ਪਤਾ ਨਹੀਂ ਕਿ ਮਜ਼ਬੂਰੀਆਂ ਹੁੰਦੀਆਂ, ਨਹੀਂ ਆ ਸਕੀ, ਕਿਉਂਕਿ ਹੋਰ ਮਾਣ ਮਿਲਦਾ ਜੇ ਅਫੀਸਰ ਸਾਹਿਬਾਨ ਹੁੰਦੇ ਆ ਨਾ। ਪ੍ਰੋਗਰਾਮ ਪਹਿਲਾਂ ਤੈਅ ਹੋਵੇ ਨਗਰ ਦਾ, ਪੰਚਾਇਤ ਦਾ, ਕਲੱਬਾਂ ਦਾ, ਤਾਂ ਮਾਣ ਮਿਲਦਾ। ਚਲੋ ਫਿਰ ਵੀ ਜਿਹੜੇ ਮੇਰੇ ਵੀਰ ਤੁਰ ਕਰਦੇ ਆ, ਹਰ ਸਾਲ ਕੋਸ਼ਿਸ਼ ਕਰਦੇ ਆ ਉਹ ਯੋਧੇ ਦਾ ਦਿਹਾੜਾ ਮਨਾਉਣ ਦਾ, ਸੋ ਧੰਨਵਾਦ ਆ। ਉਹ ਮਹਾਂਪੁਰਸ਼ ਸ਼ਾਮਿਲ ਹੋਏ ਆ, ਇਹਨਾਂ ਦਾ ਬਹੁਤ ਧੰਨਵਾਦ ਆ ਜਿਹਨਾਂ ਨੇ ਸਮਾਂ ਕੱਢਿਆ ਉਸ ਪਿੰਡ ਦੇ ਸਾਡੇ ਫੌਜੀ ਵੀਰ ਯੋਧੇ ਨੂੰ ਸ਼ਰਧਾਂਜਲੀ ਭੇਟ ਕਰਨ ਲਈ। ਤੁਸੀਂ ਸਾਰੇ ਚੰਗੀਆਂ ਸ਼ਖਸੀਅਤਾਂ ਮੇਰੇ ਵੀਰ ਭੈਣਾਂ ਇਕੱਤਰ ਹੋਏ ਹੋ, ਪਰਿਵਾਰ ਬੈਠਾ ਜਿਨ੍ਹਾਂ ਦਾ ਯੋਧਾ ਸੀ ਸਾਡੇ ਨਗਰ ਨੂੰ, ਸਾਡੇ ਦੇਸ਼ ਲਈ ਆਪਣੀ ਜਿਹੜੀ ਸ਼ਹਾਦਤ ਦੇ ਗਿਆ। ਸੋ ਹਰ ਸਾਲ ਤੁਹਾਨੂੰ ਪਤਾ ਹੈ ਕਿ ਯੋਧੇ ਦਾ ਦਿਹਾੜਾ ਮਨਾਇਆ ਜਾਂਦਾ। ਸੋ ਮੈਂ ਤਾਂ ਅਗਾਂਹ ਤੁਹਾਨੂੰ ਇਹੀ ਅਪੀਲ ਕਰੂੰਗਾ ਕਿ ਵੱਡੇ ਪੱਧਰ 'ਤੇ ਮਨਾਇਆ ਜਾਵੇ, ਜਿਹੜੇ ਵੀ ਮੇਰੇ ਵੀਰ ਮਿਲਦੇ ਆ ਪਿੰਡ ਨਿਵਾਸੀ, ਆਪਾਂ ਜੇ ਬਣੇ ਹਰ ਸਾਲ ਉੱਥੇ ਜਾ ਕੇ ਬਕਾਇਦਾ ਅਫੀਸਰਾਂ ਤੱਕ ਤੈਅ ਹੋਵੇ ਕਿ ਲੋਕੋ ਨੂੰ ਵੀ ਮਾਣ ਮਿਲਣਾ ਚਾਹੀਦਾ ਲੋਕੋ ਦਾ, ਉਹ ਯੋਧਾ ਸਾਡੇ ਦੇਸ਼ ਲਈ ਕੁਰਬਾਨੀ ਕਰ ਗਿਆ। ਸੋ ਮਾਣ ਆ ਸਾਡੇ ਫੌਜੀ ਵੀਰਾਂ 'ਤੇ ਸਾਨੂੰ। ਸੋ ਮੈਂ ਬਹੁਤਾ ਸਮਾਂ ਨਾ ਲਵਾਂ, ਸਾਡੇ ਫੌਜੀ ਵੀਰ ਸ਼ਿੰਦਰਪਾਲ ਸਿੰਘ ਜੀ ਜਿਨ੍ਹਾਂ ਦਾ ਬਹੁਤ ਹੀ ਯੋਗਦਾਨ, ਹਰ ਸਾਲ ਕੋਈ ਵੀ ਪ੍ਰੋਗਰਾਮ ਹੁੰਦਾ ਫੌਜੀ ਵੀਰਾਂ ਨਾਲ ਸੰਬੰਧਿਤ ਨਗਰ ਦੇ ਵਿੱਚ ਕੋਈ ਵੀ ਹੈਲਪ ਆ, ਸ਼ਿੰਦਰਪਾਲ ਸਿੰਘ ਮੂਹਰੇ ਹੁੰਦੇ ਆ। ਆਹ ਵੀ ਜਿਹੜਾ ਦਿਹਾੜਾ ਮਨਾਇਆ ਜਾਂਦਾ ਇਹ ਉਹਦੀ ਅਗਵਾਈ ਕਰਦੇ ਆ, ਉਹਨਾਂ ਨੂੰ ਬੇਨਤੀ ਕਰੂੰਗਾ ਉਹ ਆ ਕੇ ਇਹਨਾਂ ਫੌਜੀ ਸਾਹਿਬ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਣਗੇ। ਸ਼ਿੰਦਰਪਾਲ ਸਿੰਘ ਜੀ, ਫੌਜੀ ਵੀਰ, ਪਿੰਡ ਲੋਕੋ। ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ, ਸਾਰੇ ਨਗਰ ਦੇ ਸਾਬਕਾ ਫੌਜੀ, ਨਗਰ ਪੰਚਾਇਤ ਪਿੰਡ ਮੱਲੇ ਤੋਂ ਆਏ ਸਾਡੇ ਸਾਬਕਾ ਵੀਰ, ਤਹਿਸੀਲ ਨਿਹਾਲ ਸਿੰਘ ਵਾਲੇ ਦੀ ਜੀਓ ਜੀ ਟੀਮ ਅਤੇ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਅਵਤਾਰ ਸਿੰਘ ਵੀਰ ਚੱਕਰ, ਉਹਨਾਂ ਦਾ ਅੱਜ ਸ਼ਹੀਦੀ ਦਿਨ ਹੈ।
ਵੈਸੇ ਤਾਂ 1971 ਦੇ ਸ਼ਹੀਦਾਂ ਨੂੰ ਪਿੰਡ ਪਿੰਡ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ। ਸਾਰੇ ਨਗਰ ਨਿਵਾਸੀ ਦਾ ਥੋੜ੍ਹੇ ਦਿਨ ਹੋ ਗਏ ਪਹਿਲਾਂ ਜਗਰਾਉਂ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਾਬਕਾ ਫੌਜੀ ਵੀਰ ਇਕੱਠੇ ਹੋ ਕੇ 1971 ਦੇ ਸ਼ਹੀਦਾਂ ਨੂੰ ਉਹਨਾਂ ਦੇ ਸ਼ਰਧਾਂਜਲੀ ਦਾ ਪ੍ਰੋਗਰਾਮ ਰੱਖਿਆ। ਸੋ ਅੱਜ ਦੇ ਦਿਨ ਸਾਡੇ ਵੀਰ ਮਹਾਨ ਯੋਧੇ ਸ਼ਹੀਦ ਅਵਤਾਰ ਸਿੰਘ ਵੀਰ ਚੱਕਰ ਉਹਨਾਂ ਨੇ ਸ਼ਹੀਦੀ ਦਿੱਤੀ। ਮੈਂ ਸੰਕੇਤ ਦੱਸਾਂ 1971 ਦੇ ਵਿੱਚ ਇਹ ਜੇਐਂਡਕੇ ਦੇ ਵਿੱਚ ਇੱਕ ਨੰਗੀ ਟੇਕਰੀ ਪੁਣ ਸਾਈਡ 'ਤੇ ਪੈਂਦੀ ਹੈ, ਜੇ ਸਾਡੇ ਵੀਰ ਜਾ ਕੇ ਆਏ ਉਹਨਾਂ ਨੂੰ ਪਤਾ ਹੋਊਗਾ। ਯੂਨਿਟ ਵੱਲੋਂ ਇੱਕ ਜਿਹੜੀ ਟੇਕਰੀ ਸੀ ਉੱਚੀ ਪਹਾੜੀ, ਉਹਦੇ 'ਤੇ ਕਬਜ਼ਾ ਕਰਨਾ ਸੀ ਪਾਕਿਸਤਾਨ ਦੀ ਫੌਜ ਦਾ, ਉਹਦੇ 'ਤੇ ਕਬਜ਼ਾ ਸੀ। ਇਹਨਾਂ ਨੇ ਯੂਨਿਟ ਨੇ ਜਿਹੜੀ 21 ਪੰਜਾਬ ਹੈ ਉਹਨਾਂ ਨੂੰ ਹੁਕਮ ਮਿਲਿਆ ਵੀ ਅੱਜ ਇਹ ਆਪਾਂ ਜੀ ਟੇਕਰੀ ਆ ਲੈਣੀ ਹੈ। ਤਾਂ ਸਾਰੀ ਟੁਕੜੀ ਇਕੱਠੀ ਹੋ ਕੇ ਉਹਨਾਂ ਨੇ ਰਾਤ ਨੂੰ 2:55 'ਤੇ ਅਟੈਕ ਕਰਤਾ। ਅਟੈਕ ਇਹੋ ਜਿਹਾ ਕੀਤਾ, ਇੱਧਰੋਂ ਵੀ ਫਾਇਰਿੰਗ ਕਵਰਿੰਗ ਫਾਇਰ ਹੁੰਦੀ ਸੀ। ਅਤੇ ਜਿਹੜੇ ਸਾਡੇ ਸ਼ਹੀਦ ਵੀਰ ਅਵਤਾਰ ਸਿੰਘ ਸੀ ਉਹਨਾਂ ਦੇ ਵਿੱਚ ਇੰਨਾ ਸਾਹਸ ਸੀ ਕਿ ਉਹਨਾਂ ਦੇ ਉੱਤੋਂ ਬ੍ਰਸ਼ਟ ਵੱਜਿਆ, ਉਹਨਾਂ ਦੀ ਲੱਤ ਵੀ ਚਲੀ ਗਈ। ਇੰਨਾ ਸਾਹਸ ਸੀ, ਉਹਨਾਂ ਨੇ ਫਿਰ ਵੀ ਕਰੋਲਿੰਗ ਕਰਦਿਆਂ ਰਾਤ ਦੇ ਹਨੇਰੇ ਵਿੱਚ ਉਹਨਾਂ ਨੇ ਜਾ ਕੇ ਦੁਸ਼ਮਣ ਦੀ ਜਿਹੜੀ ਜਿੱਥੇ ਮੋਰਚਾ ਲਾਇਆ ਹੋਇਆ ਸੀ ਉਹਨਾਂ 'ਤੇ MMG ਮੀਡੀਅਮ ਮਸ਼ੀਨ ਗਨ ਚੱਲ ਰਹੀ ਸੀ, ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਲੱਤ ਕੱਟਣ ਦੇ ਬਾਅਦ ਵੀ ਕਰੋਲਿੰਗ ਕਰਦਿਆਂ ਜਾ ਕੇ ਉਹਨਾਂ ਨੇ ਆਪਣੀ ਰਾਈਫਲ ਉਹ MMG ਦੇ ਉੱਤੇ ਛਿੜਕੀ। ਸਿੱਟਣ ਸਾਰ ਉਹਨੂੰ ਅੱਗ ਲੱਗ ਗਈ, ਆਪ ਵੀ ਸ਼ਹੀਦ ਹੋ ਗਏ ਅਤੇ ਦੁਸ਼ਮਣ ਸੀ ਉਹ ਵੀ ਸ਼ਹੀਦ ਹੋ ਗਿਆ ਅਤੇ MMG ਵੀ ਫਟ ਗਈ। ਇਸ ਤਰ੍ਹਾਂ ਉਹਨਾਂ ਨੂੰ ਮਰਨ ਉਪਰੰਤ ਵੀਰ ਚੱਕਰ ਦੀ ਜੋ ਹੈ ਉਪਾਧੀ ਦਿੱਤੀ ਗਈ ਹੈ। ਅੱਜ ਕੱਲ੍ਹ ਤਾਂ ਬੜਾ ਮਾਹੌਲ ਬਦਲੀ ਹੋ ਗਿਆ। ਦੇਖੋ ਪਹਿਲਾਂ ਤਾਂ ਡੈੱਡ ਬੋਡੀ ਘਰੇ ਨਹੀਂ ਸੀ ਆਉਂਦੀ, ਹੁਣ ਤਾਂ ਆਉਂਦੀ ਹੈ। ਅਤੇ ਦੇਖੋ ਧੰਨ ਉਹ ਮਾਤਾ ਕਹਿੰਦੇ ਹੁੰਦੇ ਆ, ਧੰਨ ਜਿਉਂਦੀਆਂ ਮਾਤਾ ਜਿਨ੍ਹਾਂ ਦੇ ਪੁੱਤ ਸੂਰਮੇ ਬਣੇ। ਅੱਜ ਸ਼ਹੀਦੋਂ ਕੀ ਚਿਤਾਓਂ ਪਰ ਲਗਨ ਹਰ ਵਰਸ਼ ਮੇਲੇ ਵਤਨ ਪਰ ਮਰਨੇ ਵਾਲੋਂ ਮਿਟਣੇ ਵਾਲੋਂ ਕਾ ਬਾਕੀ ਇਹੀ ਨਿਸ਼ਾਨ ਹੋਗਾ। ਆਹੀ ਨਿਸ਼ਾਨ ਹੈ ਜੋ ਆਪਾਂ ਅੱਜ ਯਾਦ ਕਰ ਰਹੇ ਹਾਂ। ਮਾਤਾ ਪਿਤਾ ਇਹਨਾਂ ਦੇ ਜਿਹੜੇ ਭਰਾ ਸੀ ਉਹ ਵੀ ਫੌਜ ਵਿੱਚੋਂ ਸੀ, ਦੋ ਸੂਬੇਦਾਰ ਕਿਰਪਾਲ ਸਿੰਘ, ਇੱਕ ਹੋਰ ਬਾਈ ਦਾ ਨਾਮ ਮੈਂ ਭੁੱਲ ਗਿਆ, ਉਹ ਵੀ ਆਏ ਆ। ਉਹਨੇ ਇਹਨਾਂ ਨੂੰ ਸਾਨੂੰ ਛੋਟੇ ਸੀ, ਬੜਾ ਸਾਹਸ ਮਿਲਿਆ ਇਹਨਾਂ ਨੂੰ ਮਾਤਾ ਪਿਤਾ ਵੱਲੋਂ, ਭਰਾਵਾਂ ਵੱਲੋਂ। ਦੇਖੋ ਛੋਟੀ ਉਮਰ, ਹਜੇ ਸਾਰੀ 26 ਸਾਲ ਦੀ ਉਮਰ ਨਹੀਂ ਸੀ ਹੋਈ ਔਰ ਇੰਨੀ ਭਾਰਤ ਜਵਾਨੀ ਦੇ ਵਿੱਚ ਇੰਨਾ ਸਾਹਸ ਸੀ ਯੂਨਿਟ ਦੇ ਵਿੱਚ, ਕੰਪਨੀ ਵੱਲੋਂ ਵੀ ਉਹਨਾਂ ਨੂੰ ਮਾਣ ਸੀ ਵੀ ਹਾਂ ਵੀ ਇਹ ਕੰਮ ਕਰ ਸਕਦੇ ਹਾਂ ਆਪਾਂ। ਕਿੰਨਾ ਵੱਡਾ ਨਿਸ਼ਚਾ ਉਹਨਾਂ ਦਾ ਵੀ ਐਡਾ ਮਨ ਉੱਚਾ ਬਣਾ ਕੇ ਉਹਨਾਂ ਨੇ ਸਿਰਫ ਮੋਰਚੇ ਉੱਤੇ ਕਿਸੇ ਚੀਜ਼ ਨੂੰ ਕੈਪਚਰ ਕਰਨਾ ਇਹ ਹਰਕਤ ਦੇ ਬਸ ਦੀ ਗੱਲ ਨਹੀਂ ਹੈ। ਤੋ ਸਾਡੇ ਇਹਨਾਂ ਵੀਰ ਸਰਦਾਰ ਅਵਤਾਰ ਸਿੰਘ ਜੀ ਨੇ ਸਾਡੇ ਦੇਸ਼ ਦਾ ਨਾਂ ਉੱਚਾ ਕੀਤਾ, ਇਕੱਲੇ ਦੇਸ਼ ਦਾ ਨਹੀਂ ਹੈ ਸਾਡੇ ਲੋਕੋ ਦਾ, ਖਾਸ ਕਰਕੇ ਇਹ ਸ਼ਹੀਦ ਅਵਤਾਰ ਸਿੰਘ ਜੀ ਹੈ ਜਿਨ੍ਹਾਂ ਨੇ ਅੱਜ ਦੇ ਜੋ ਲੰਘ ਗਈ ਰਾਤ 1971 ਦੀ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ। ਮੈਂ ਉਹਨਾਂ ਨੂੰ ਸਾਡਾ ਸਾਰਾ ਨਗਰ ਸਾਰੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਹਾਂ ਅਤੇ ਮੈਂ ਇੰਨਾ ਕਹਿੰਦਾ ਹੋਇਆ ਸ਼ਰਧਾਂਜਲੀ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸ਼ਹੀਦੋਂ ਕੀ ਚਿਤਾਓਂ ਪਰ ਲੱਗੇਂਗੇ ਹਰ ਵਰਸ਼ ਮੇਲੇ, ਵਤਨ ਪਰ ਮਰਨੇ ਵਾਲੋਂ ਕਾ ਯਹੀ ਨਿਸ਼ਾਨ ਹੋਗਾ। ਇਸ ਸਭ ਨੂੰ ਸਾਡੇ ਵੀਰ ਅਵਤਾਰ ਸਿੰਘ ਨੇ ਬਾਖੂਬੀ ਨਿਭਾਇਆ। ਸਾਨੂੰ ਮਾਣ ਹੈ ਨਗਰ ਨਿਵਾਸੀ ਲੋਕੋ ਵਾਲਿਆਂ ਨੂੰ ਕਿ ਸਾਡੀਆਂ ਗਲੀਆਂ ਦੇ ਵਿੱਚ ਖੇਡਿਆ ਹੋਇਆ ਉਹ ਅਵਤਾਰ ਜਿਹਨੇ ਕਿ ਆਪਣਾ ਕਦੇ ਲੋਕੋ ਦੇ ਨਹੀਂ, ਪੰਜਾਬ ਦਾ ਨਹੀਂ, ਇੰਡੀਆ ਦਾ ਨਾਂ ਰੋਸ਼ਨ ਦੁਨੀਆ ਦੇ ਉੱਤੇ ਕੀਤਾ। ਇੱਕੋ ਇੱਕ ਐਡੇ ਵੱਡੇ ਪਿੰਡ ਦਾ ਵੀਰ ਚੱਕਰ ਵਿਜੇਤਾ ਹੋਇਆ ਅਵਤਾਰ ਸਿੰਘ। ਪਰਮਾਤਮਾ ਦੀ ਦੇਖੋ ਕਿੱਡੀ ਦੇਣ ਹੋਇਆ ਕਰਦੀ ਹੈ ਕਿ ਅਵਤਾਰ ਸਿੰਘ ਸ਼ਹੀਦ ਹੁੰਦਾ
ਤੇ ਉਹਦੇ ਜਾਣ ਤੋਂ ਬਾਅਦ ਪਰਮਾਤਮਾ ਨੇ ਉਹਨੂੰ ਪੁੱਤਰ ਦੀ ਦਾਤ ਦਿੱਤੀ ਹੈ। ਕਿਉਂਕਿ ਜੋ ਮਾਲਕ ਹੈ ਉਹਨੂੰ ਇਹ ਵੀ ਹੈ ਵੀ ਜੇ ਮੈਂ ਇੱਕ ਨੂੰ ਲਿਜਾਣਾ ਤੇ ਉਹਨੂੰ ਦੇਣਾ ਵੀ ਦੂਜਾ ਹੁੰਦਾ। ਜਿਵੇਂ ਕਿ ਆਪਣੇ ਜੰਮਣ ਤੋਂ ਪਹਿਲਾਂ ਇੱਕ ਮਾਂ ਦੇ ਦੁੱਧਾਂ ਦੇ ਵਿੱਚ ਆਪਣੇ ਲਈ ਦੁੱਧ ਪੈਦਾ ਕਰਦਾ ਪਰਮਾਤਮਾ, ਇਸੇ ਤਰ੍ਹਾਂ ਉਹ ਸ਼ਹੀਦ ਨੂੰ ਪਹਿਲਾਂ ਉਹ ਨੀਂਹ ਰੱਖੀ ਗਈ ਕਿ ਇਹਨੂੰ ਮੈਂ ਲੈ ਕੇ ਜਾਣਾ। ਮਾਲਕ ਨੇ ਕੀਤਾ, ਜੋ ਕੁਰਬਾਨੀ ਕੀਤੀ ਹੈ ਉਹਨੇ ਹੌਸਲਾ ਦਿੱਤਾ ਤੇ ਉਹਨੇ ਇਹ ਵੀ ਦੇਖਿਆ ਕਿ ਇਹ ਤੋਂ ਬਾਅਦ ਇਹਦੇ ਘਰ ਦੇ ਵਿੱਚ ਇਹਦਾ ਨਿਸ਼ਾਨ ਵੀ ਹੋਣਾ ਚਾਹੀਦਾ। ਸੋ ਮਾਲਕ ਦਾ ਪਰਮਾਤਮਾ ਦਾ ਸ਼ੁਕਰ ਹੈ ਕਿ ਜਿਹਨੇ ਉਸ ਨੂੰ ਸਾਡੇ ਪਿੰਡ ਦਾ ਇੱਕ ਹੀਰੋ ਵੀ ਬਣਾਇਆ ਤੇ ਨਾਲ ਉਹਨੂੰ ਉਹਦੇ ਜਾਣ ਤੋਂ ਬਾਅਦ ਪੁੱਤਰ ਦੀ ਦਾਤ ਵੀ ਬਖਸ਼ੀ ਤਾਂ ਕਿ ਉਹ ਮਾਤਾ ਜਿਹਨੇ ਅਵਤਾਰ ਸਿੰਘ ਨੂੰ ਜਨਮ ਦਿੱਤਾ ਉਹਦਾ ਅੱਜ ਉਹ ਸਹਾਰਾ ਵਿਦੇਸ਼ਾਂ ਦੇ ਵਿੱਚ ਹੈ। ਤੇ ਸਾਨੂੰ ਇਕੱਲੇ ਮਾਂ ਵੀ ਨਹੀਂ, ਸਾਡੇ ਪਿੰਡ ਨੂੰ ਨਹੀਂ, ਸਾਡੇ ਜ਼ਿਲ੍ਹੇ ਨੂੰ, ਸਾਡੇ ਪੰਜਾਬ ਨੂੰ, ਉਸ ਤੋਂ ਬਾਅਦ ਸਾਡੇ ਇੰਡੀਆ ਨੂੰ ਬੜਾ ਮਾਣ ਹੈ ਇਹਨਾਂ ਸ਼ਹੀਦਾਂ ਦੇ ਉੱਤੇ। ਪਰ ਅੱਜ ਦੇ ਦਿਨ 'ਤੇ ਜੇ ਇੱਕ ਦੇਖੀਏ ਜੋ ਸਾਡਾ ਹੋਲੀਆ, ਜੋ ਸਾਡੀਆਂ ਸਰਕਾਰਾਂ, ਠੀਕ ਹੈ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਦੋਂ ਕੋਈ ਵੀ ਬੰਦਾ ਨੌਕਰੀ ਪੇਸ਼ੇ ਦੇ ਵਿੱਚ ਹੁੰਦਾ ਹੈ ਤਾਂ ਉਹ ਇੱਕ ਅਧੀਨਗੀ ਦੇ ਵਿੱਚ ਹੁੰਦਾ, ਕਿਉਂਕਿ ਉਦੋਂ ਵੱਡੇ ਅਫਸਰਾਂ ਦਾ ਹੁਕਮ ਮੰਨਣਾ ਪੈਂਦਾ। ਉਹ ਵੱਡੇ ਅਫਸਰਾਂ ਦਾ ਹੁਕਮ ਬੇਸ਼ੱਕ ਮੰਨਦੇ, ਸਾਡੇ ਲਈ ਜੇ ਅੱਜ ਕਲਰਕ ਵੀ ਛੱਡੋ, ਇੱਕ SDM ਦੇ ਦਫ਼ਤਰ ਦਾ ਸੇਵਾਦਾਰ ਵੀ ਆ ਜਾਂਦਾ ਤਾਂ ਵੀ ਸਾਡੇ ਵਾਸਤੇ ਇੱਕ ਮਾਣ ਦੀ ਗੱਲ ਸੀ। ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਸਰਕਾਰਾਂ ਜਿਹੜੇ ਸ਼ਹੀਦਾਂ ਦੀ ਖਾਤਰ ਤੂੰ SDM ਬਣ ਕੇ ਬੈਠਾ ਕੁਰਸੀ ਦੇ ਉੱਤੇ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਇਆ, ਫਿਰ ਤੈਨੂੰ SDM ਦੀ ਕੁਰਸੀ ਮਿਲੀ ਸੀ। ਇਹਨੂੰ ਯਾਦ ਨਹੀਂ ਰੱਖਦੇ? ਜਿੱਦੇ ਅਸੀਂ ਕੁਰਸੀ 'ਤੇ ਬੈਠ ਜਾਂਦੇ ਹਾਂ ਸਾਡੇ 'ਚ ਹੰਕਾਰ ਹੀ ਇੰਨਾ ਹੋ ਜਾਂਦਾ ਵੀ ਅਸੀਂ ਆਉਣ ਵਾਲੇ ਦੀ ਰਿਸਪੈਕਟ ਹੀ ਭੁੱਲ ਜਾਂਦੇ। ਇੱਕ ਸਾਡੇ ਬਾਬਾ ਜੀ ਨਿਰਮਲ ਦਾਸ ਜੀ ਨੂੰ ਇੱਕ ਤੁਸੀਂ ਜਿਹਾ ਸੱਦਾ ਲਾਇਆ ਤੇ ਖੁਦ ਫੋਨ ਕਰਦੇ ਆ ਵੀ ਇੱਕ ਘੰਟਾ ਲੇਟ ਹੋ ਗਏ, ਕੀ ਗੱਲ, ਕਿਉਂ ਨਹੀਂ ਮੈਨੂੰ ਅਜੇ ਤੱਕ ਤੁਸੀਂ ਦੱਸਿਆ ਨਹੀਂ ਕਿ ਪ੍ਰੋਗਰਾਮ ਕਿੰਨੇ ਵਜੇ ਅਸੀਂ ਸਟਾਰਟ ਕਰਨਾ। ਦੇਖੋ ਇੱਕ ਇਹ ਵੀ ਇਨਸਾਨ ਹੋਏ ਆ ਦੁਨੀਆਂ ਦੇ ਵਿੱਚ ਜਿਹੜੇ ਲੋਕਾਂ ਦੀ ਭਲਾਈ ਵੀ ਕਰਦੇ ਆ ਤੇ ਯਾਦਾਸ਼ਤ ਵੀ ਰੱਖਦੇ ਆ, ਜਿਹੜਾ ਕਿ ਸਾਨੂੰ ਸੋਚਣਾ ਪਊਗਾ, ਇਸ ਸਿਸਟਮ ਨੂੰ ਸੁਧਾਰਨਾ ਪਊਗਾ। ਤੇ ਕੀ ਇੱਕ ਫੌਜੀ ਦਾ ਜੀ ਨਹੀਂ ਕਰਦਾ ਕਿ ਮੈਂ ਵੀ ਆਪਦੇ ਪਿੱਛੇ ਕੰਮ ਕਰਾਂ? ਅੱਜ ਕਿੰਨੇ ਤੁਸੀਂ ਕਿੰਨੇ ਪਿੰਡਾਂ ਤੋਂ ਆਏ ਹੋ ਕੰਮ ਛੱਡ ਕੇ ਤੇ ਸਾਡਾ ਹੈ ਕਿ ਸ਼ਹੀਦ ਆ ਯਾਰ, ਅੱਜ ਆਪਾਂ ਉਹਦੀ ਯਾਦ ਨੂੰ ਤਾਜ਼ਾ ਕਰਨਾ, ਉਹਦੀ ਯਾਦ ਨੂੰ ਮਨਾਉਣਾ। ਸੋ ਇਸ ਕਰਕੇ ਆਪਾਂ ਸਾਰੇ ਅੱਜ ਉਸ ਸ਼ਹੀਦ ਨੂੰ ਸਾਰਾ ਦੇ ਫੁੱਲ ਭੇਟ ਕਰਨ ਆਏ ਹਾਂ। ਸੋ ਮੈਂ ਸਾਰੀ ਸੰਗਤ ਵੱਲੋਂ, ਬਾਬਾ ਨਿਰਮਲ ਦਾਸ ਜੀ ਵੱਲੋਂ, ਉਸ ਸਾਡੇ ਪਿੰਡ ਦੇ ਨਾਇਕ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਵਿਸ਼ੇਸ਼ ਤੌਰ 'ਤੇ ਬਾਬਾ ਨਿਰਮਲ ਦਾਸ ਜੀ ਦਾ, ਜਿਹਨਾਂ ਨੇ ਕਿ ਆਪ ਸਾਨੂੰ ਖੁਦ ਯਾਦ ਕਰਾਇਆ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਜਾਚਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪਿੰਡ ਦੇ ਜਿੰਨੇ ਵੀ ਪਤਵੰਤ ਸੱਜਣ ਨੇ, ਮੈਂ ਸਾਰਿਆਂ ਨੂੰ ਨਿਮਰਤਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀੜ੍ਹੀ ਦੇ ਮਾਲਕ ਦੀ ਕਿਰਪਾ ਦੇ ਨਾਲ, ਫਕੀਰਾਂ ਦੀ ਕਿਰਪਾ ਦੇ ਨਾਲ, ਆਪਣੇ ਸਥਾਨ 'ਤੇ ਜੱਗ ਬੈਠਾ ਉਹਨੂੰ ਸਾਡੇ ਇੱਥੇ ਤਸਵੀਰ ਨਹੀਂ ਆਇਆ, ਕੋਈ ਗੱਲ ਨਹੀਂ। ਇਸ ਨਗਰੀ ਨੂੰ ਕਿਸੇ ਚੀਜ਼ ਦੀ ਕਮੀ ਥੋੜ੍ਹਾ, ਮੈਂ ਜਿੰਨੇ ਮੇਰੇ ਸੰਜੋਗੀ ਆ ਵੀਰ ਮੇਰੇ ਨਾਲ ਆਏ ਆ, ਮੈਂ ਬੇਨਤੀ ਕਰਦਾ ਜੱਜ ਸਾਹਿਬ ਨੂੰ ਫੋਨ ਕਰੋ ਕਿ ਇੱਥੇ ਆ ਕੇ ਮਾਣ ਰੱਖੇ ਨਾ ਵੀਰਾਂ ਦਾ, ਕੌਣ ਮਾਣ ਤੋੜ ਦੂਗਾ ਲੋਕੋ ਦਾ। ਉਹਨੂੰ ਬੁਲਾਓ ਕੁੜੀ ਨੂੰ, ਉਹਨੂੰ ਆ ਕੇ ਦੋ ਸ਼ਬਦ ਮੇਰੇ ਵੀਰ ਅਵਤਾਰ ਲਈ ਬੋਲਣਾ। ਉਹ ਡੇਰੇ ਬੈਠੇ ਆ, ਆਪਾਂ ਇੱਥੇ ਬੁਲਾ ਲੈਂਦੇ, ਕੋਈ ਆਉਣਾ ਚਾਹੀਦਾ ਉਹਦੇ ਮਾਣ ਦੇ ਵਿੱਚ। ਮੇਰੀ ਪੀੜ੍ਹੀ ਦਾ ਮਾਲਕ ਇਹੋ ਜਿਹਾ ਉਹੋ ਜਿਹੀ ਸਮੇਂ ਵਕਤ ਬਣਾ ਦਿੰਦਾ। ਦੂਸਰੀ ਬੇਨਤੀ ਫੌਜੀ ਵੀਰਾਂ ਦੀ, ਜਿੱਥੋਂ ਤੱਕ ਵਾਹਿਗੁਰੂ ਨੇ ਫਕੀਰਾਂ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਆਪ ਦੇ ਇੱਥੇ ਸੂਝਵਾਨ ਮੇਰੇ ਮਾਤਾ ਪਿਤਾ ਸਮਾਨ ਤੁਸੀਂ ਨਗਰ ਦੇ ਹੀ ਹੋ,
मैं थोड़े नगर का छोटा जा बच्चा है, मैं मार्ग से तुरया सारे का आशीर्वाद लैके, पर मैं थोड़ी जी गल ही करनी है क्योंकि मैं कुछ दसना चाहना। एक मेरा आपका घर है, मैं कड़ा बगाने घर आया, मेरे आपते हैं तुम मेरे बारे जानते, मेरे माता पिता बारे जानते हो, बस थोड़ी रहमत होगी फकीर की। विदेश के मेरा रिश्ता बनया से अचानक संत चले गए, मैं डामाडोल होया तो मैं 3:30 बजे उठ के 6वें पातशाह महाराज के स्थान पर गया। मैं कहा मालिका तू दुनिया हथ लड्डू देते मैं, जो तेन चंगा लगता है वो मेरे सिर पर धर दे, जे तू गृहस्थी जीवन देवेगा तो मैं छोटी जी दुनिया विदेश के उच्च बिछा दूंगा। तो मैं उन्होंने जांच जो भी तरफ स्मरण करूंगा, जो भी करूंगा, जो उन्होंने मैं शिक्षा दी मैं करूंगा। जे मेरे भाग के फकीरी है इस स्थान की सेवा आदस हथ रख के मेरे सिर के उत्ते कल मैं पग दवा दी स्थान की, मैं सच्चे हिरदे सेवा करूंगा, तू मैं वरखता ले। जिस दिन पग हुई फिर जाके मैं देग बनाई, रवाला लेके मैं उन्होंने धन्यवाद करके आया भी तुम मैं इस काम ले चुनिया, मैं उन्होंने दिलों सत्कार किया। मैं धन्यवाद करना सारिया नगर का भी, मेरी पीढ़ी के मालक का, फकीर का जिन्होंने साढ़े वर्ग से तरस आया। तरस उन्होंने आता जे गुरु नानक वर्गे थे, 5वें पातशाह वर्गे हो गए, फिर ही रविदास कहे साढ़े बराबर बैठ, जिथे सानू दुनिया चुकती है उत्थे तेनों भी चुकूगी। उन्होंने परख होंगी है, गल जाति की नहीं होंगी, कोई धर्म की नहीं होंगी। हम फौजी वीर की जी गल है उत्थे कोई जाति पाति देखी जाती है तो छाती मूहरे करनी पैंदी है, कोई उत्थे जाति पाति नहीं पहचानी जाती, उत्थे सूरमे की परख होंगी है। जो 10वें गुरु कहते देश बाबा मोहेशो करम दे कबहू न कर, इन्ने सोहने लफ्ज 10वें गुरु कह के गए सूरमिया की खातर, अवतार जैसे सूरमे। क्योंकि ज्यादा मैं इस वीर बारे फिलोसफी बारे मैं जानता नहीं गया भी मैं इन्हों की किदा मौत हुई कितने हुई। 1971 की जंग के शहीद होए है, तो यह नामवरक बंदे जोड़े नगर के हो महान शख्सियत महापुरश हो एक चमकते सितारे होने चाहिए है। ये देखो किन्ने किन्ने खिलाड़ी किन्ने किन्ने वधिया नाम कमा के इस स्कूल दे विचों पढ़ के टीचर भी लगे है, खिलाड़ी भी है, फौजी वीर भी है, बड़े बड़े ऑफिसर भी है, पर किन्निया किन्निया इस प्राप्तियां इस धरती नूं परमेश्वर ने बख्शिया। जे ज्ञान की गल करते हैं तो देखो किन्ने स्थान है, चाहे महापुरश कैसा भी है, कैसा भी धार्मिक शख्सियत है, कोई भी है, चाहे विद्वान होन, ज्ञानी होन, कोई भी होन, जिन्ना को उन्हां नूं ज्ञान हुंदा उन्हां को वो उस नूं बंड दिंदा। ये कोई वड्डे छोटे की गल नहीं है, जिहड़ी चंगी शख्सियत हुंदी है उहदा माण परमेश्वर आप रखदा। गुरु नानक वर्गे रखते जिहड़े गुरु नानक वर्गे होन, ये गल नहीं है भी वह साध है, वह जिमीदार आ, वह ब्राह्मण आ, वह फलाना, वह ढींगड़ा, किसी ने किसी जाति के ऐसे तीसरी अख लाई हुई है मत्थे दे उत्ते। परमेश्वर की जी नैचुरली चीज है हर एक नूं दित्ती हुई है, खून लाल है तो ला ली है। इस करके यह जे महान जिहड़े शख्सियत होंदियां बुत हरेक दे नहीं लगते गए, किन्ने मरे ने किन्ने हत्थां दे विच आपां दफना के आए हैं, किन्ने आपां जाके संस्कार करके आए हैं, बुत हरेक का लग जूगा, किसी का नहीं लग सकता। फेस से अपना गगी कि चोटी का खिलाड़ी अज उहदी मूर्ति देखो लगी हुई है, किन्ने खिलाड़ी नशा नशे च पै गए, किन्ना कुछ हो गया उन्होंने नाल, उन्होंने बॉडियां खराब हो गई, गिटे टुट गए, गोडे टुट गए, किसी ने उन्होंने बात नहीं पूछी।
पर उन्होंने नहीं जाने जा सकता। जिन्हों गुरु नानक आप कृपा कर भगवान बाबा श्री चंद जी साडे वर्गियां ते नमाणियां ते माण देन ताई पिंड लई कुछ कर सकते हैं। इस करके जिन्हें भी साबका फौजी ने जां अज मौजूदा ने मैं सच्चे हिरदे दे विचों शीश झुका के हिरदा झुका के उन्हां नूं सलूट करदा ते इस तरह कामना भी करदा वी हे परमेश्वर इस नगर दे विच हर प्रकार का बंदा होना चाहिए गुणी ज्ञानी। कोई जरूरी नहीं है भी मैं सारे नूं कहना भी तुसीं सारे घर बार छड़ के अस्थाना ते बैठ जाओ, ये कोई जरूरी नहीं है कि गल गल ये है भी सेवा दे विच अगे हो के सिमरन दे विच अगे हो के कोई किसे गरीब का भला करना तो अगे हो के यही गुरु नानक की फौलती है होर की है। पर जिहड़े गुरु नानक वर्गे होणगे ਉਹ ਰਵਿਦਾਸ ਦੀ ਕਦਰ ਕਰਨਗੇ, ਇਹੋ ਜਿਹੇ ਸ਼ਹੀਦਾਂ ਨੂੰ ਯਾਦ ਉਹ ਕਰਨਗੇ ਜਿਹੜੇ ਉਹਦੇ ਵਰਗੇ ਹੋਣਗੇ। ਕਿੰਨੀਆਂ ਕਿੰਨੀਆਂ ਬਰਫਾਂ ਦੇ ਵਿੱਚ ਰਹਿ ਕੇ, ਕਿੰਨੀ ਠੰਡ ਦੇ ਵਿੱਚ ਰਹਿ ਕੇ ਕਈ ਇਹੋ ਜਿਹੇ ਗੁਰਮੁਖ ਅਸਥਾਨ 'ਤੇ ਵੀ ਆਉਂਦੇ ਆ, ਉਹ ਕਹਿੰਦੇ ਮਹਾਰਾਜ ਅਸੀਂ ਕਦੇ ਮੱਛੀ ਨਹੀਂ ਖਾਧੀ, ਮੀਟ ਨਹੀਂ ਖਾਧਾ, ਕਦੇ ਸ਼ਰਾਬ ਨਹੀਂ ਪੀਤੀ, ਪਰ ਮੇਰੇ ਇੰਨੀ ਠੰਡ ਦੇ ਵਿੱਚ ਉੱਥੇ ਗੋਡੇ ਦੁਖਣ ਲੱਗ ਜਾਂਦੇ ਆ। ਉਹ ਕਿਹਦੀ ਖਾਤਰ ਹੈ? ਆਪਾਂ ਆਰਾਮ ਨਾਲ ਸੌਂਦੇ ਹਾਂ। ਉਹਨਾਂ ਦੀ ਕੁਰਬਾਨੀ ਹਰੇਕ ਬੰਦਾ ਇੱਕ ਲਫ਼ਜ਼ ਵਰਤਦਾ, ਕੋਈ ਨਹੀਂ ਆਪਾਂ ਆਪਦੇ ਹੀ ਬੈਠੇ ਹਾਂ ਜੋ ਸ਼ਬਦ ਵਰਤਦੇ ਫੌਜੀਆਂ ਦੇ, ਕਿਉਂਕਿ ਜਿਹੜੇ ਨਗਰ ਜੋ ਕਦੇ ਬਾਹਰ ਗਏ ਹੀ ਨਹੀਂ ਉਹਨਾਂ ਨੂੰ ਕੀ ਪਤਾ ਲੱਗੂਗਾ ਪਹਾੜ ਕਿੱਥੇ ਹੈ ਅਤੇ ਦਰਿਆ ਕਿੱਥੇ ਹੈ। ਜਦੋਂ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਜਾਣ ਲੈਂਦੇ ਆ, ਸਫਾਈ ਨੂੰ ਜਾਣ ਲੈਂਦੇ ਆ, ਏਕਤਾ ਨੂੰ ਜਾਣ ਲੈਂਦੇ ਆ, ਕਿੰਨਾ ਕੁਛ ਉਹ ਜਾਣ ਲੈਂਦੇ ਆ, ਇਸ ਕਰਕੇ ਉਹਨਾਂ ਦਾ ਜਿਹੜਾ ਬ੍ਰੇਨ ਹੁੰਦਾ ਜ਼ਿਆਦਾ ਕੰਮ ਕਰਨ ਲੱਗ ਜਾਂਦਾ, ਉਹ ਆਮ ਬੰਦੇ ਨਾਲੋਂ ਐਡਵਾਂਸ ਹੋ ਜਾਂਦੇ ਆ। ਜਦੋਂ ਐਡਵਾਂਸ ਹੋ ਜਾਂਦੇ ਆ ਆਪਣੇ ਨਾਲ ਉਹਨਾਂ ਦੀ ਮੱਤ ਨਹੀਂ ਰਲਦੀ, ਫਿਰ ਉਹਨਾਂ ਨੂੰ ਜਿਹੜਾ ਸ਼ਬਦ ਤੁਸੀਂ ਵਰਤਦੇ ਆ ਬੀਬੀ ਬੈਠੀ, ਇਸ ਕਰਕੇ ਮੈਂ ਬੋਲਣਾ ਨਹੀਂ ਚਾਹੁੰਦਾ, ਤੁਸੀਂ ਸਮਝ ਲਓ ਮੈਂ ਕੀ ਕਹਿੰਦਾ। ਇਸ ਕਰਕੇ ਉਹਨਾਂ ਦੀ ਮੱਤ ਨਹੀਂ ਰਲਦੀ ਜੀ ਆਪਣੇ ਨਾਲ, ਉਹ ਬਹੁਤ ਕੁਛ ਦੇਖ ਲੈਂਦੇ ਆ ਕੋਨੇ ਕੋਨੇ 'ਤੇ ਦੁਨੀਆਂ ਦੇ, ਰਾਜਸਥਾਨ 'ਚ ਜਾ ਕੇ, ਬਰਫੀਲੇ ਏਰੀਏ 'ਚ ਜਾ ਕੇ, ਪਹਾੜਾਂ 'ਚ ਜਾ ਕੇ, ਕੰਧਰਾਂ 'ਚ ਜਾ ਕੇ, ਸਮੁੰਦਰਾਂ 'ਚ ਜਾ ਕੇ ਉਹਨਾਂ ਨੇ ਜੀ ਆਇਆ। ਇਹ ਬੀਬੀ ਦਲਸ਼ਾਦ ਕੌਰ ਮੌਜੂਦਾ ਜੱਜ ਨੇ ਮਾਨਸਾ ਲੱਗੇ ਹੋਏ ਬੈਠੋ ਬੈਠਾ ਪੁੱਤਰ ਗੱਲ ਆਏ ਆ ਵੀ ਐਸ ਡੀ ਐਮ ਸਾਹਿਬ ਆਏ ਨੇ ਤੇ ਮੈਨੂੰ ਲੱਗਿਆ ਵੀ ਉਹਨਾਂ ਨੇ ਠੇਸ ਪਹੁੰਚਾਈ ਹੈ ਮੇਰੇ ਨਗਰ ਦੇ ਵੀਰ ਹੋਣ ਤੇ ਉਹਨਾਂ ਨੂੰ ਠੇਸ ਪਹੁੰਚੇ, ਫਿਰ ਮੇਰੀ ਪੀੜ੍ਹੀ ਦਾ ਮਾਲਕ ਕੌਣ ਆਖੂਗਾ ਉਹਨਾਂ ਨੂੰ। ਇਸ ਕਰਕੇ ਉਹ ਕਹਿੰਦੇ ਐਸ ਡੀ ਐਮ ਨਹੀਂ ਆਇਆ ਤਾਂ ਕੀ ਹੈ, ਆਪਣੇ ਨਗਰ ਦੇ ਵਿੱਚ ਜੱਜ ਸਾਹਿਬ ਆਏ ਬੈਠੇ ਆਪਾਂ ਉਹਨਾਂ ਨੂੰ ਬੁਲਾਉਂਦੇ ਹਾਂ। ਇਸ ਕਰਕੇ ਉਹਨਾਂ ਨੇ ਮਾਣ ਰੱਖਿਆ, ਪਰ ਕੋਈ ਨਹੀਂ ਉਹਨਾਂ ਦਾ ਵੀ ਧੰਨਵਾਦ, ਕੋਈ ਨਹੀਂ ਕਿਸੇ ਕਾਰਨ ਉਹਨਾਂ ਦੀ ਮਜ਼ਬੂਰੀ ਹੁੰਦੀ ਹੈ। ਮੈਂ ਇਹਨਾਂ ਨਾਲ ਵਿਚਰਦਾ ਰਹਿੰਦਾ ਸੁਣਦਾ ਰਹਿੰਦਾ ਅਫਸਰਾਂ ਦੀਆਂ ਕੀ ਮਜ਼ਬੂਰੀਆਂ ਹੁੰਦੀਆਂ, ਤੁਸੀਂ ਸਾਰੇ ਜਾਣਦੇ ਹੀ ਹੋ, ਤੁਸੀਂ ਮੈਂ ਕੋਈ ਜ਼ਿਆਦਾ ਨਹੀਂ ਜਾਣਦਾ। ਅਤੇ ਇਹੋ ਜਿਹੇ ਸ਼ਹੀਦਾਂ ਨੂੰ ਮੈਂ ਕਹਿੰਦਾ ਹੇ ਮੇਰੀ ਪੀੜ੍ਹੀ ਦੇ ਮਾਲਕ, ਹੇ ਲੋਕੋ ਦੇ ਜਿੰਨੇ ਫਕੀਰ ਆ, ਇਹ ਟੈਂਟ ਛੋਟਾ ਹੈ, ਅਗਲੇ ਸਾਲ ਸਾਰੇ ਇਸ ਪਲਾਟ ਦੇ ਵਿੱਚ ਟੈਂਟ ਲੱਗੇ, ਤਾਂ ਐਡਾ ਵੱਡਾ ਸਮਾਗਮ ਹੋਵੇ ਸ਼ਹੀਦਾਂ ਦੀ ਖਾਤਰ, ਸੰਮੇਲਨ ਹੋ ਜਾਵੇ ਸਾਰਿਆਂ ਦਾ, ਉੱਥੇ ਸਭ ਨੂੰ ਵੀ ਯਾਦ ਕੀਤਾ ਜਾਵੇ, ਇਹੋ ਜਿਹੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇ, ਖਿਡਾਰੀਆਂ ਨੂੰ ਵੀ ਯਾਦ ਕੀਤਾ ਜਾਵੇ, ਜੋ ਵੀ ਗੁਣੀ ਗਿਆਨੀ ਬੰਦੇ ਆ ਉਹਨਾਂ ਨੂੰ ਵੀ ਯਾਦ ਕੀਤਾ ਜਾਵੇ, ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਸਕੀਨ ਜੀ ਕਹਿੰਦੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ, ਜਿੰਨੀ ਕੋਈ ਗਹਿਰਾਈ ਦੇ ਨਾਲ ਉਹਦੇ 'ਚ ਜੋ ਵੀ ਲਾਲੂਗਾ ਉਹਨੇ ਇੱਕ ਤਿਲ ਫੁਲ ਤਾਂ ਲੈ ਕੇ ਆਜੂਗਾ, ਘੱਟ ਕੋਈ ਨਹੀਂ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਜ਼ਿਆਦੇ ਆ ਉਹ ਘੱਟ ਆ ਉਹਨੂੰ ਫਲਾਨਾ, ਗੱਲ ਮੱਤ ਦੀ ਹੈ, ਪਰਮੇਸ਼ਰ ਜੀ ਨੂੰ ਮੱਤ ਦਿੰਦਾ, ਇਹ ਮਾਰਗ ਵੀ ਉਹਨੂੰ ਹੀ ਮਿਲਦਾ, ਹਰ ਇੱਕ ਬੰਦੇ ਦਾ ਮਾਰਗ ਥੋੜ੍ਹੀ ਹੁੰਦਾ, ਬਸ ਉਹਦਾ ਜਿਹੜਾ ਮਾਰਗ ਹੁੰਦਾ ਉਹਦੀ ਕੁਆਲਿਟੀ ਕੀ ਹੈ, ਉਹਦਾ ਜਿਹੜਾ ਚਿਹਰਾ ਹੈ ਸੰਤਾਂ ਵਾਲਾ ਹੈ ਕਿ ਚੋਰਾਂ ਵਾਲਾ। ਇਹ ਫੌਜੀ ਹੋਣ 'ਤੇ ਜਾਨ ਲਗਾਉਣ ਬੜੀ ਸ਼ਰਮ ਦੀ ਗੱਲ ਹੈ,
पर फौजी होने तो है कि मूहे कारण वह फौजी है वह शहीद गिने जाते हैं जिम्मे अज सारे आप याद च एकत्रित होए हैं ताई हो जी उन्होंने छाती मूहे की जिम्मे वीर ने दसी है शहीदी इन्हों की इस तक ब्रष्ट मारिया उन्होंने किड्डा हिरदा होगा इस पुरश का यह जे सूरवीर हर एक नगर के नहीं सारे वर्ल्ड के होने चाहिए है वर्ल्ड के कभी यह जे सूरवीर पैदा करने वास्ते उसदियां मावां भी चाहिए मावां को टाइम ही नहीं है उन्हां तो वह कितों सुनगियां भागवत कितों सुनगियां गुरु ग्रंथ साहब के श्लोक जे ऐसा मावां होनगियां ताई फकीर पैदा होणगे ताही सूरमे पैदा होणगे क्यों गुरु ग्रंथ साहब दे विच गुरु नानक पातशाह ने बीबिया नूं किड्डी वड्डी पदवी दित्ती होई है कहिंदे माड़ा ना कहो नूं वो जन्म दाती है वो उन्हूं माड़ा ना कहो ते इस करके ऐसियां मावां होणियां चाहीदियां जिन्हां दे कुख दे विचों शहीद पैदा होण अवतार वर्गे साडे शहीद वीर अवतार वर्गे वीर चक्कर लैण वाले छातियां मूहरे करन वाले सारयां दा बहुत बहुत धन्नवाद ते शहीद जिन्हें मेरा कोटी कोटी प्रणाम करदा होया मैं सलूट करदा ऐसे सूरवीर देई दातीए इस धरती नूं दाती गुरु ग्रंथ साहिब महाराज ने लिखिया माता धरत महत इस करके उहनूं मैं दाती कहना ये दातीए ऐसे सूरवीर देई जिहड़े अपने माता पिता का नाम रोशन करन अपनी धरती का अपने गुरुआ का नाम रोशन करन शुभ काम करके ते बीबी दलसाज कौर का मैं हिरदे चो धन्नवाद करदा जिन्होंने मैं प्लैन नहीं सी कोई भी पर सीगे मैं बुला लिया उन्होंने अफसोस किया मेरे वीर निर्मल जी ने प्रधान साहब ने मैं ठेस लगी इन्ना गुस्सा इस नियम की खातर पर कोई नहीं छेवें पातशाह ने भीर अपनी बांह फल लें मौके से अपने को जज साहब आए बैठे है कोई गल नहीं वो नहीं आए उन्होंने धन्यवाद थोड़ा सारे का धन्यवाद मैं कोटि कोटि प्रणाम करता हुआ फतेह अर्ज करता वाहेगुरु जी का खालसा वाहेगुरु जी की फतेह बहुत ही माण लोपो नगर न जिथे शहीद अवतार सिंह की याद उन्होंने शरदा के फुल भेट कर ली असी एकत्र होए हैं उन्होंने शहीदी दिहाड़ा मना रहे हैं सो बाबा निर्मल दास जी उन्होंने बहुत ही सोहने प्रवचन क्योंकि माणा सानू इस नगरी से महापुरशन जिथे टाइम कटिया बहुत ही वधिया क्योंकि नगर के नाल उन्होंने कहा कि हमेशा असी हर वक्त नगर के बेच जिथे भी नगर वासी कहते हैं असी उत्थे हाजिर होने तो उन्होंने माण महसूस भी किया कि असी अवतार सिंह का शहीदी दिहाड़ा मना रहे 1972 की जंग के शहीद लोको नगर के ते ओ विच शामिल हुए आ जिस तरह उन्होंने प्रवचन दसे आ क्योंकि रजेवे बहुत आ वह भी महापुरशा की जिहड़ी आ याद मना के हटे आ किड्डी माण वाली गल आ कि लोको नगर दे विच बीबी जी होनी साढ़े पंजाब का भविख वह नौजवान पढ़ लिख के जज की पदवी तक गए जिन्हां दे महापुरशा ने गुरु महाराज ने कृपा की कि साड़ी लोको नगरी दे विच वह जज साड़ी नौजवान पीढ़ी जी ने भविख आ साड़ी इस मुल्क का आने वाली सेध देनी आ साडे बच्चों साडे लोगों नू इंसाफ देना है ते अज जदों असी पिंड लोको दे वह योधे अवतार सिंह जिन्हां दी याद दे विच फौजी साहिबान साडे पिंड दीआं सतकारयोग शखीतियां महापुरश एकत्र होए आ जिथे दस्सिया गया जिस तरह आउणा सी मिसर साहिबान किसे कारण नहीं आ सके सो जज साहिबान जिथे महापुरशां दे स्थान ते आए सी बीबी जी होनी उहनां नूं सद्दिया उह पहुंचे आ असीं माण भी महसूस करदे आ कि नौजवान वर्ग साडे देश दा भविख जिहड़ा अगवाई करदा ते अज साडे नगर दे विच हाजर आ
ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜ਼ਰੂਰ ਉਹ ਸ਼ਰਧਾ ਦੇ ਫੁੱਲ ਸਾਡੇ ਨਗਰ ਦੇ ਇਸ ਨੌਜ ਅਵਤਾਰ ਸਿੰਘ ਜੋ ਸ਼ਹੀਦ ਹੋਇਆ, ਜਿਹਨਾਂ ਦਾ ਪਰਿਵਾਰ, ਜਿਹਨਾਂ ਦੇ ਪਿੰਡ ਦੇ ਪਦਵੰਤੇ ਮਹਾਂਪੁਰਸ਼ ਤੇ ਨਗਰ ਵਾਸੀ ਹਾਜ਼ਰ ਆ, ਅਵਤਾਰ ਸਿੰਘ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਹੋਣੀ ਜੱਜ ਸਾਹਿਬਾਨ ਜ਼ਰੂਰ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਨ। ਮੈਨੂੰ ਇਸ ਲਾਇਕ ਸਮਝਿਆ ਕਿ ਕਿੰਨਾ ਵੱਡਾ ਤੁਸੀਂ ਸਮਾਗਮ ਕਰ ਰਹੇ ਹੋ, ਤੁਸੀਂ ਅਵਤਾਰ ਸਿੰਘ ਜੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਸਮਾਗਮ ਕਰ ਰਹੇ ਹੋ। ਮੈਨੂੰ ਇੱਥੇ ਇੰਨੇ ਲਾਇਕ ਸਮਝਿਆ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ। ਮੈਨੂੰ ਲੱਗਦਾ ਕਿ ਜਿਸ ਉਮਰ ਦੀ ਅਵਸਥਾ 'ਚ ਅਸੀਂ ਹੈ, ਅਸੀਂ ਇਸ ਲਾਇਕ ਨਹੀਂ ਕਿ ਅਸੀਂ ਇੰਨੀ ਮਹਾਨ ਹਸਤੀ ਨੂੰ ਸ਼ਰਧਾਂਜਲੀ ਦੇ ਸਕੀਏ ਜਾਂ ਸ਼ਰਧਾ ਦੇ ਫੁੱਲ ਭੇਂਟ ਕਰ ਸਕੀਏ। ਸਭ ਤੋਂ ਪਹਿਲਾਂ ਤੁਹਾਨੂੰ ਕੋਟੀ ਕੋਟੀ ਪ੍ਰਣਾਮ ਸਾਰਿਆਂ ਜਿਹਨਾਂ ਨੇ ਇੰਨੇ ਵੱਡੇ ਅਵਤਾਰ ਪੁਰਸ਼ ਨੂੰ, ਮੈਨੂੰ ਲੱਗਦਾ ਕਿ ਇਹ ਧਰਤੀ ਨੂੰ ਬਹੁਤ ਵੱਡਾ ਵਰ ਹੈ 6ਵੇਂ ਪਾਤਸ਼ਾਹ ਦਾ, ਅਤੇ ਇੱਥੇ ਬਹੁਤ ਮਹਾਨ ਸੰਤਾਂ ਨੇ ਇੰਨੇ ਅੱਛੇ ਸੰਸਕਾਰ ਭਰੇ ਹੈ ਕਿ ਉਹ ਪੀੜ੍ਹੀ ਦਰ ਪੀੜ੍ਹੀ ਆਉਣ ਵਾਲੀਆਂ ਬਹੁਤ ਸਾਰੀਆਂ ਪੀੜ੍ਹੀਆਂ ਦੇ ਅਲੱਗ ਅਲੱਗ 'ਚ ਵੱਸ ਗਏ, ਉਹ ਨਿਕਲ ਨਹੀਂ ਸਕਦੇ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਉਹ ਹਰੇਕ ਜਿੰਨੇ ਵੀ ਬਜ਼ੁਰਗ ਇੱਥੇ ਬੈਠੇ ਨੇ ਜਾਂ ਨੌਜਵਾਨ ਨੇ, ਉਹ ਨਾ ਚਾਹੁੰਦੇ ਹੋਏ ਵੀ ਇਸ ਜਿਹੜੇ ਸੰਸਕਾਰ ਨੇ ਉਹਨਾਂ ਨਾਲ ਜੁੜੇ ਹੋਏ, ਇਸ ਲਈ ਉਹਨਾਂ ਦੇ ਅੰਦਰ ਸਾਧੂਆਂ ਨੂੰ ਲੈ ਕੇ ਇੰਨੀ ਸ਼ਰਧਾ ਜਾਂ ਸਮਾਗਮਾਂ ਨੂੰ ਇੰਨਾ ਜਿਹੜਾ ਹੁੰਮ ਹੁਮਾ ਕੇ ਮਨਾਉਣ ਦੀ ਜਿਹੜੀ ਇਹਨਾਂ ਦੇ ਅੰਦਰ ਉਹ ਹੈ, ਇਹ ਸਿਰਫ ਮੈਨੂੰ ਲੱਗਦਾ ਜਿਹੜਾ ਸੰਤਾਂ ਦਾ ਪ੍ਰਤਾਪ ਹੈ ਇੱਥੇ, ਅਤੇ 6ਵੇਂ ਪਾਤਸ਼ਾਹ ਦਾ ਪ੍ਰਤਾਪ ਹੈ। 5 ਪੀੜ੍ਹੀ ਸਿਰਫ ਨਾਮ ਦੀ ਨਹੀਂ ਹੈ, ਇਹ ਦੇਖ ਸਕਦੇ ਚਾਹੇ ਉਹ ਬਸਤੀ ਦਾ ਸਮਾਗਮ ਹੋਵੇ ਕਿਸੇ ਸਾਧੂ ਦੀ ਜਾਂ ਫਿਰ ਨਗਰ ਕੀਰਤਨ ਹੋਵੇ, ਇੱਥੇ ਹੁੰਮ ਹੁਮਾ ਕੇ ਸਾਰੇ ਜਿੰਨੇ ਵੀ ਸੇਵਕ ਨੇ ਬਹੁਤ ਆਪਣੇ ਜਿੰਨੇ ਹਰ ਬੰਦਾ ਜਿੰਨਾ ਕੁ ਲਾਇਕ ਹੁੰਦਾ ਉਨੀ ਸ਼ਰਧਾ ਦੇ ਫੁੱਲ ਭੇਂਟ ਕਰਦਾ। ਜਿਸ ਤਰ੍ਹਾਂ ਸੰਤ ਜੀ ਦੱਸ ਰਹੇ ਸੀ ਕਿ ਇੰਨੀਆਂ ਮਹਾਨ ਸ਼ਖਸੀਅਤਾਂ ਨੂੰ ਪੈਦਾ ਕਰਨ ਲਈ ਮਹਾਨ ਮਾਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਮਾਤਾ ਆਪਣੇ ਬੱਚੇ ਨੂੰ ਸੰਸਕਾਰ ਨਹੀਂ ਦਿੰਦੀ ਤਾਂ ਉਹਦੇ ਅੰਦਰ, ਬੱਚਿਆਂ ਦੇ ਅੰਦਰ ਕਦੇ ਵੀ ਇੰਨੇ ਅੱਛੇ ਉਹ ਨਹੀਂ ਆ ਸਕਦੇ ਕਿ ਉਹ ਆਪਣਾ ਸੀਨਾ ਚੌੜਾ ਕਰਕੇ ਦੇਸ਼ ਦੀ ਲਈ ਕੁਰਬਾਨੀ ਦੇਵੇ। ਆਪਾਂ ਰਾਤ ਨੂੰ ਸਾਰੇ ਸੁੱਤੇ ਪਏ ਹੋਏ ਹਾਂ, ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ, ਅਤੇ ਉਹ ਆਪਣੇ ਲਈ ਉੱਥੇ ਕਾਰਗਿਲ ਸ਼ਹੀਦ ਹੋ ਰਹੇ ਹੁੰਦੇ, ਆਪਣੇ ਲਈ ਲੜ ਰਹੇ ਹੁੰਦੇ ਆ। ਜਦੋਂ ਆਪਣੀਆਂ ਕੋਈ ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਦੀਆਂ ਲੜਾਈਆਂ ਚੱਲ ਰਹੀਆਂ ਹੁੰਦੀਆਂ ਤਾਂ ਆਪਣੇ ਲਈ ਆਪਾਂ ਨੂੰ ਪਤਾ ਨਹੀਂ ਇੱਕ ਦਿਨ ਦੇ ਵਿੱਚ ਕਿੰਨੇ ਹਜ਼ਾਰ ਸ਼ਹੀਦ ਹੋ ਜਾਂਦੇ ਨੇ। ਤੁਸੀਂ ਸ਼ਾਇਦ ਸਾਰਿਆਂ ਨੇ ਖਬਰਾਂ 'ਚ ਸੁਣਿਆ ਹੀ ਹੋ ਗਿਆ ਕਿ ਥੋੜ੍ਹੇ ਦਿਨ ਪਹਿਲਾਂ, ਇੱਕ ਦੋ ਦਿਨ ਪਹਿਲਾਂ ਜਨਰਲ ਬਿਪਿਨ ਰਾਵਤ ਜਿਹੜੇ ਆਪਣੇ ਡਿਫੈਂਸ ਦੇ ਉਹ ਸੀਗੇ ਹੈੱਡ, ਉਹ ਹੈਲੀਕਾਪਟਰ ਐਕਸੀਡੈਂਟ 'ਚ ਚਲੇ ਗਏ, ਅਤੇ ਉਹਨਾਂ ਦੇ ਨਾਲ 13 ਹੋਰ ਆਪਣੇ ਫੌਜੀ ਭਾਈ ਵੀ ਸ਼ਹੀਦ ਹੋ ਗਏ। ਉਹ ਆਪਣੀ ਜਿਹੜੀ ਆਰਮੀ ਸੀ ਉਹਨਾਂ ਦੇ ਸਭ ਤੋਂ ਵੱਡੇ ਆਫਿਸਰ ਸੀਗੇ, ਅਤੇ ਉਹ ਆਪਾਂ ਨੂੰ ਅਲਵਿਦਾ ਕਹਿ ਕੇ ਚਲੇ ਗਏ। ਇਹਨਾਂ ਦੀਆਂ ਜਿਹੜੀਆਂ, ਮੈਨੂੰ ਲੱਗਦਾ ਕਿ ਮਹਾਰਾਜ ਜੀ ਨੇ ਜਿੰਨੇ ਸਾਨੂੰ ਸੰਸਕਾਰ ਦਿੱਤੇ ਆ, ਉਹ ਇਹੀ ਕਹਿੰਦੇ ਹੁੰਦੇ ਨੇ ਕਿ ਜਿਹੜੇ ਫੌਜੀ ਹੁੰਦੇ ਨੇ ਜਾਂ ਜਿਹੜੇ ਆਰਮੀ ਵਾਲੇ ਹੁੰਦੇ ਨੇ ਉਹ ਵੀ ਸਾਧੂ ਹੀ ਹੁੰਦੇ, ਉਹਨਾਂ ਦੀ ਜਿਹੜੀ ਮੱਤ ਹੁੰਦੀ ਹੈ ਉਹ ਸਾਧੂਆਂ ਵਾਲੀ ਹੁੰਦੀ ਹੈ। ਜਿਵੇਂ ਸਾਧੂ ਆਪਣਾ ਸਾਰਾ ਪਰਿਵਾਰ ਤਿਆਗ ਕੇ, ਆਪਣੀਆਂ ਸਾਰੀਆਂ ਇੱਛਾਵਾਂ ਨੂੰ ਤਿਆਗ ਕੇ ਸਿਰਫ ਕਿ ਦੁਨੀਆਂ ਦਾ ਕਿਸ ਤਰ੍ਹਾਂ ਭਲਾ ਕਰਨਾ, ਕਿਸ ਤਰ੍ਹਾਂ ਕਲਿਆਣ ਕਰਨਾ, ਕਿਸ ਤਰ੍ਹਾਂ ਆਪਣੇ ਸਰੀਰ 'ਤੇ ਜ਼ਖਮ ਲੈ ਕੇ ਦੂਸਰੇ ਦੇ ਜ਼ਖਮਾਂ 'ਤੇ ਮੱਲਮ ਲਾਉਣਾ। ਫੌਜੀ ਵੀ ਇਸੇ ਵਿੱਚ, ਉਹਨਾਂ ਦੇ ਅੰਦਰ ਵੀ ਇਹੀ ਵਿਰਤੀ ਹੁੰਦੀ ਹੈ ਕਿ ਅਸੀਂ ਆਪਣੀ ਜਾਨ ਨੂੰ ਕੁਰਬਾਨ ਕਰਕੇ ਦੂਜਿਆਂ ਨੂੰ ਕਿੱਦਾਂ ਅਸੀਂ ਬਚਾ ਸਕਦੇ ਹਾਂ। ਅਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸਾਧੂਆਂ ਦੀ ਆਪਾਂ ਸੰਗਤ ਕਰਦੇ ਹਾਂ, ਜਿਸ ਤਰ੍ਹਾਂ ਇੱਕ ਸਾਧੂ ਦੀ ਸੰਗਤ ਕਰ ਲਈ, ਉਸੇ ਤਰ੍ਹਾਂ ਇੱਕ ਆਰਮੀ ਰਹਿੰਦੀ ਹੈ ਕਿਸੇ ਵੀ ਡਿਫੈਂਸ ਦੇ ਬੰਦੇ ਦੀ ਸੰਗਤ ਕਰ ਲਈ, ਕਿਉਂਕਿ ਸਾਰੀ ਉਮਰ ਆਪਣੇ ਪਰਿਵਾਰ ਤੋਂ ਦੂਰ ਰਹਿਣਾ, ਆਪਣੇ ਬੀਵੀ ਬੱਚਿਆਂ ਨੂੰ ਛੱਡ ਕੇ, ਮਾਵਾਂ ਪਿਓਾਂ ਨੂੰ ਛੱਡ ਕੇ ਦੂਰ ਰਹਿਣਾ ਸਿਰਫ ਇਸ ਚੀਜ਼ ਲਈ ਕਿ ਆਪਾਂ ਸੁਰੱਖਿਅਤ ਰਹੀਏ ਆਪਣੇ ਘਰ 'ਚ। ਉਹਨਾਂ ਲਈ ਮੈਨੂੰ ਲੱਗਦਾ ਕਿ ਇੱਕ ਪਰਮਵੀਰ ਚੱਕਰ ਜਾਂ ਕੋਈ ਹੋਰ ਬਹੁਤ ਛੋਟਾ ਹੈ, ਜਿੰਨਾ ਆਪਾਂ ਉਹਨਾਂ ਨੂੰ ਮਾਣ ਦੇ ਸਕੀਏ, ਜਿੰਨਾ ਉਹਨਾਂ ਦੀ ਮਹਾਨਤਾ 'ਚ ਗੱਲ ਕਰ ਸਕੀਏ, ਉਹ ਹਮੇਸ਼ਾ ਹੀ ਜਿਹੜੇ ਸ਼ਬਦ ਨੇ ਉਹ ਹਮੇਸ਼ਾ ਹੀ ਘੱਟ ਹੀ ਰਹਿਣ। ਉਹਨਾਂ ਦਾ ਆਪਾਂ ਮੁੱਲ ਪਾ ਹੀ ਨਹੀਂ ਸਕਦੇ, ਜਿੰਨਾ ਮਰਜ਼ੀ ਉਹਨਾਂ ਨੂੰ, ਚਾਹੇ ਆਪਣੀ ਇੰਡੀਆ ਦੀ ਗੌਰਮੈਂਟ ਕਿੰਨਾ ਵੀ ਵੱਡਾ ਉਹਨਾਂ ਨੂੰ ਅਵਾਰਡ ਦੇਵੇ, ਚਾਹੇ ਉਹ ਪਦਮ ਸ਼੍ਰੀ ਹੋਵੇ, ਚਾਹੇ ਜੋ ਵੀ ਹੋਵੇ ਜਾਂ ਸ਼ੋਕਾ ਚੱਕਰ ਹੋਵੇ, ਪਰਮਵੀਰ ਉਹ ਹਮੇਸ਼ਾ ਘੱਟ ਹੀ ਰਹੂਗਾ। ਕਿਉਂਕਿ ਜੋ ਬੰਦਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣੀ ਜਾਨ ਬਚਾ ਰਿਹਾ, ਉਹਨੂੰ ਆਪਾਂ ਕੀ ਦੇ ਸਕਦੇ ਹਾਂ? ਉਹਨੂੰ ਆਪਾਂ ਕੁਛ ਨਹੀਂ ਦੇ ਸਕਦੇ। ਮੈਂ ਬਹੁਤ ਬਹੁਤ ਭਾਗ ਮਹਿਸੂਸ ਕਰਦੀ ਹਾਂ ਕਿ ਮੇਰੇ ਬਹੁਤ ਉੱਚੇ ਭਾਗ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਸੰਤਾਂ ਨੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਵਾ, ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਸੰਸਕਾਰ ਦਿੱਤੇ ਹੈ ਕਿ ਕਿਸ ਤਰ੍ਹਾਂ ਇਸ ਦੁਨੀਆਂ 'ਚ ਵਿਚਰਨਾ, ਕਿਸ ਤਰ੍ਹਾਂ ਲੋਕਾਂ ਦਾ ਭਲਾ ਕਰਨਾ,
ਤੇ ਉਸ ਤੋਂ ਬਾਅਦ ਮੈਂ ਨਗਰ ਨਿਵਾਸੀਆਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਇੱਥੇ ਆ ਕੇ ਦੋ ਸ਼ਬਦ ਬੋਲਣ ਦੇ ਲਾਇਕ ਹੈ। ਜਿਸ ਤਰ੍ਹਾਂ ਪ੍ਰਧਾਨ ਜੀ ਗੱਲ ਕਰ ਰਹੇ ਸੀ ਕਿ ਸ਼ਾਇਦ ਮੈਨੂੰ ਦੇਖ ਕੇ ਮੈਂ ਇੰਨੇ ਲਾਇਕ ਹੈ ਤਾਂ ਨਹੀਂ ਹੈ, ਵੈਸੇ ਇਹ ਤਾਂ ਸੰਤਾਂ ਦਾ ਪ੍ਰਤਾਪ ਹੈ ਜਾਂ ਇਸ ਧਰਤੀ ਦੇ ਨਗਰ ਨਿਵਾਸੀਆਂ ਦਾ ਆਸ਼ੀਰਵਾਦ ਹੈ ਕਿ ਕੁਛ ਛੋਟੀ ਮੋਟੀ ਨੌਕਰੀ ਚਲੋ ਮਿਲ ਗਈ ਹੈ ਮੈਨੂੰ, ਪਰ ਜੇ ਮੈਨੂੰ ਦੇਖ ਕੇ ਇੱਥੇ ਥੋੜ੍ਹੇ ਇੱਕ ਦੋ ਬੱਚੇ ਵੀ ਹੋਰ ਪ੍ਰੇਰਿਤ ਹੋ ਜਾਣਗੇ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਜੇ ਉਹ ਆਪਣੇ ਆਪ ਨੂੰ ਪ੍ਰੇਰਿਤ ਮਹਿਸੂਸ ਕਰਕੇ ਇਸ ਚੀਜ਼ ਤੋਂ ਆਪਣੇ ਜੀਵਨ ਦੇ ਵਿੱਚ ਜੀਵਨ ਕਾਲ ਦੇ ਵਿੱਚ ਕੁਛ ਕਰਨਗੇ ਤਾਂ ਬਹੁਤ ਮੈਨੂੰ ਅੱਛਾ ਮਹਿਸੂਸ ਹੋਏ। ਜਿਸ ਤਰ੍ਹਾਂ ਆਪਾਂ ਸ਼ਹੀਦ ਅਵਤਾਰ ਸਿੰਘ ਜੀ ਦੀ ਗੱਲ ਕਰ ਰਹੇ ਹਾਂ, ਜੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਨਗਰ ਨਿਵਾਸੀ ਮਤਲਬ ਬੱਚਾ ਕੋਈ ਪ੍ਰੇਰਿਤ ਹੁੰਦਾ ਅਤੇ ਉਹ ਵੀ ਕਹਿੰਦਾ ਆਪਣੇ ਮਾਂ ਬਾਪ ਨੂੰ ਕਿ ਮੈਂ ਫੌਜ 'ਚ ਜਾਣਾ, ਤਾਂ ਮੈਨੂੰ ਲੱਗਦਾ ਕਿ ਜਿਹੜੇ ਮਹਾਨ ਲੋਕ ਹੁੰਦੇ ਨੇ ਉਹ ਇਸ ਲਈ ਹੁੰਦੇ ਨੇ ਕਿ ਉਹਨਾਂ ਨੂੰ ਦੇਖ ਕੇ ਲੋਕ ਆਪਣੀ ਜੀਵਨ ਸ਼ੈਲੀ ਨੂੰ ਬਦਲਦੇ ਕਿ ਅਸੀਂ ਵੀ ਇਹਨਾਂ ਵਾਂਗੂ ਬਣਨਾ। ਇਹਨਾਂ ਕਹਿੰਦੇ ਹੋਏ ਮੈਂ ਤੁਹਾਨੂੰ ਇਜਾਜ਼ਤ ਲਊਂਗੀ ਅਤੇ ਸੰਤਾਂ ਤੋਂ ਵੀ ਇਜਾਜ਼ਤ ਲਊਂਗੀ, ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ਼ ਕਰਿਓ ਕਿ ਉੱਚਾ ਨੀਵਾਂ ਬੋਲਿਆ ਗਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਵਾਕਿਆ ਉਹ ਯੋਧੇ ਦੀ ਅਸੀਂ ਯਾਦ ਜਿੱਥੇ ਮਨਾ ਰਹੇ ਹਾਂ ਅਤੇ ਅੱਜ ਨੌਜਵਾਨ ਜੱਜ ਸਾਡੇ ਉਹ ਸਾਡੀ ਨੌਜਵਾਨ ਪੀੜ੍ਹੀ 'ਚੋਂ ਸਾਡੀ ਸਤਿਕਾਰਯੋਗ ਬੱਚੀ ਜਿਹੜੀ ਮਹਾਂਪੁਰਸ਼ਾਂ ਗੁਰੂ ਸਾਹਿਬਾਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਫੈਸਲੇ ਕਰਨ ਵਾਲੀ ਅਗਵਾਈ ਜਿਹੜੀ ਆ ਸਾਡੇ ਮੁਲਕ ਦੀ ਜਿੱਥੇ ਨੌਜਵਾਨ ਪੀੜ੍ਹੀ ਕਰਦੇ ਆ ਅਤੇ ਉਹਦੇ ਵਿੱਚ ਉਹ ਸ਼ਾਮਿਲ ਹੋਏ ਆ, ਅੰਗ ਬਣੇ ਆ। ਸੋ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਧੰਨਵਾਦ ਆ ਮਹਾਂਪੁਰਸ਼ਾਂ ਦਾ, ਕਿਉਂਕਿ ਸਾਡੇ ਨਗਰ ਦੇ ਆ, ਸਾਨੂੰ ਮਾਣ ਵੀ ਆ ਕਿ ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਅੱਜ ਦੇ ਇਸ ਸ਼ਹੀਦੀ ਸਮਾਗਮ ਨੂੰ ਜਿਹੜੇ ਹੋਰ ਚਾਰ ਚੰਨ ਲਾਏ ਆ। ਸੋ ਅੱਗੇ ਜੋ ਵੀ ਪ੍ਰੋਗਰਾਮ ਆ ਉਹ ਜਿਹੜਾ ਆਪਣਾ ਬੁਲਾਰਿਆਂ ਦਾ ਸਮਾਪਤ ਆ, ਸਾਰਿਆਂ ਦਾ ਧੰਨਵਾਦ। ਬਾਕੀ ਜੋ ਫੌਜੀ ਸਾਹਿਬ ਆਉਣਗੇ ਜੋ, ਕਿਉਂਕਿ ਹਰ ਸਾਲ ਫੌਜੀ ਵੀਰ ਜੋ ਆਪਣੇ ਵੱਲੋਂ ਸਨਮਾਨ ਦਾ ਪ੍ਰੋਗਰਾਮ ਕਰਦੇ ਆ, ਸੋ ਸਾਰੀ ਸੰਗਤ ਦਾ ਧੰਨਵਾਦ। ਬਾਬਾ ਜੀ ਨੂੰ ਫੌਜੀ ਸਾਹਿਬ ਵੀਰਾਂ ਵੱਲੋਂ ਸਨਮਾਨ ਕੀਤਾ ਜਾਣਾ, ਕਰੋ ਜੀ ਫੌਜੀ ਸਾਹਿਬਾਨ ਮਹਾਂਪੁਰਸ਼ਾਂ ਨੂੰ। ਉਹ ਪਹਿਲਾਂ ਜਿਹੜੇ ਇਹਨਾਂ ਦੇ ਪਰਿਵਾਰ ਦੇ ਉਹ ਕੋਈ ਵੀ ਬੈਠੇ ਵੀਰ ਹੈ, ਪਹਿਲਾਂ ਉਹਨਾਂ ਦਾ ਸਨਮਾਨ ਕਰੋ, ਉਹਨਾਂ ਸੇਵਾ ਉਹਨਾਂ ਦਾ, ਮੈਂ ਤਾਂ ਤੁਹਾਡਾ ਹੀ ਹਾਂ, ਕੋਈ ਗੱਲ ਨਹੀਂ ਬਾਅਦ 'ਚ ਵੀ ਹੋ ਜੂਗਾ, ਕੋਈ ਗੱਲ ਨਹੀਂ, ਪਹਿਲਾਂ ਉਹਨਾਂ ਨੂੰ ਬੁਲਾ ਕੇ ਸਨਮਾਨ ਦਿੱਤਾ ਜਾਂਦਾ, ਪਹਿਲਾਂ ਪਰਿਵਾਰ ਵਾਲੇ ਉਹਨਾਂ ਦੀ ਹਾਜ਼ਰੀ ਤੁਸੀਂ ਜੀ। ਹਾਂਜੀ ਬਹੁਤ ਵੱਡੀ ਗੱਲ ਆ, ਠੀਕ ਆ, ਸਤਿਕਾਰ ਪਰਿਵਾਰ ਨੂੰ ਹੁੰਦਾ, ਉਹ ਮਾਂ ਨੂੰ ਸਲੂਟ ਆ, ਬੇਸ਼ੱਕ ਉਹ ਸਾਡੇ ਵਿੱਚ ਨਹੀਂ, ਉਹ ਪਰਿਵਾਰ ਆ ਜਿਹੜਾ ਧੰਨ ਆ, ਉਹ ਮਾਂ ਉਹ ਬਾਪ ਉਹ ਪਰਿਵਾਰ ਜਿਹਨਾਂ 'ਚ ਜੰਮੇ ਅਵਤਾਰ ਸਿੰਘ ਅਤੇ ਲੋਕੋ ਨਗਰ ਦੀ ਸ਼ਾਨ ਬਣੇ, ਉਹ ਪਰਿਵਾਰ ਨੂੰ ਅਸੀਂ ਫੌਜੀ ਵੀਰ ਅਤੇ ਸਨਮਾਨ ਦੇ ਰਹੇ ਹਾਂ। ਚਲੋ ਦਿਓ ਜੀ ਬਾਬਾ ਜੀ ਸਨਮਾਨ ਕਰੋ, ਜਿੱਥੇ ਆਉਦਰਜੀਤ ਸਿੰਘ ਆ ਜਾਓ ਨਾਲ ਨਾਲ ਸਾਡੇ ਨਗਰ ਦੀਆਂ ਸਤਿਕਾਰ ਜੋ ਸਾਰਿਆਂ ਨੂੰ, ਤੁਹਾਡੇ ਸਾਰੇ ਨਗਰ ਵੱਲੋਂ ਮਹਾਂਪੁਰਸ਼ਾਂ ਦੀ ਅਗਵਾਈ ਦੇ ਵਿੱਚ ਆਪਾਂ ਸਨਮਾਨ ਕਰਦੇ ਹਾਂ। ਦਿਓ ਜੀ ਬਾਬਾ ਜੀ ਸਨਮਾਨ, ਬੋਲੋ ਸੋ ਨਿਹਾਲ ਸੋ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ, ਆਓ ਆਓ ਜੀ ਅਤੇ ਇਸ ਤੋਂ ਦਿਓ ਜੀ ਸਨਮਾਨ ਪ੍ਰਵਾਨ ਦਾ ਕਰੋ, ਚਲੋ ਕਰੋ। ਬੋਲੋ ਸੋ ਨਿਹਾਲ ਸੋ ਸ੍ਰੀ ਅਕਾਲ, ਜੱਜ ਸਾਹਿਬਾਨ ਇਹਨਾਂ ਦਾ ਮਹਾਂਪੁਰਸ਼ਾਂ ਤੋਂ ਕਰਾਓ ਆਪਣੇ ਜੱਜ ਸਾਹਿਬਾਨ ਦਾ ਸਨਮਾਨ, ਮਹਾਂਪੁਰਸ਼ਾਂ ਨੂੰ ਉਸ ਤੋਂ ਬਾਅਦ ਮਹਾਂਪੁਰਸ਼ਾਂ ਦਾ ਸਨਮਾਨ ਕਰੋ ਜੱਜ ਸਾਹਿਬਾਨ ਬੀਬੀ ਜੀ ਉਹਨਾਂ ਦਾ। ਬਹੁਤ ਹੀ ਜ਼ਿਆਦਾ ਸਤਿਕਾਰ ਕੀਤਾ ਲੋ ਬਾਬਾ ਜੀ ਉਹਨਾਂ ਦੇ ਪਰਿਵਾਰ ਦਾ, ਬਹੁਤ ਬਹੁਤ ਧੰਨਵਾਦ, ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਸੋ ਹੁਣ ਜੱਜ ਸਾਹਿਬਾਨ ਦਾ ਜੀ ਸਮੁੱਚੇ ਫੌਜੀ ਸਾਹਿਬਾਨਾਂ ਨੂੰ ਕੀਤਾ ਜਾਣਾ, ਫੌਜੀ ਸਾਹਿਬ ਦੇ ਮਹਾਂਪੁਰਸ਼ਾਂ ਨੂੰ ਕਰਾਓ, ਖੜੋ ਬੀਬੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਬਾ ਜੀ ਕਰੋ ਤੁਸੀਂ ਨਾਲ ਕਰੋ, ਕਿਹਦਾ ਨਾਲ ਕਰੋ ਕਰੋ ਜੀ। ਅੱਜ ਦੇ ਮੇਨ ਸਾਡੇ ਬੁਲਾਰੇ ਜਿਹੜੇ ਸਥਾਨ ਤੇ ਕਰੋ ਜਿੱਥੇ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ, ਬਹੁਤ ਸਤਿਕਾਰ। ਹੁਣ ਫੌਜੀ ਸਾਹਿਬ ਹੁਣ ਬਾਬਾ ਜੀ ਦਾ,
ਬਾਬਾ ਜੀ ਬੀਬੀ ਜੀ ਉਹਨਾਂ ਦਿਓ ਬਰਾਬਰ ਬੀਬੀ ਮਾਂ ਲਾ ਦੀ ਬੱਚੀਆਂ ਸਾਡੀਆਂ ਬੱਚੀਆਂ ਦਾ ਬਹੁਤ ਬਹੁਤ ਸਨਮਾਨ ਬੋਲੇ ਸੋ ਨਿਹਾਲ ਹੁਣ ਬਾਬਾ ਜੀ ਉਹਨਾਂ ਦਾ ਸਨਮਾਨ ਕੀਤਾ ਜਾਓ ਬਹੁਤ ਬਹੁਤ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਏ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਸ਼ਾਂ ਤੱਕ ਸੁਣਾ ਕਰਨਾ ਨੀ ਛੋਟਾ ਬਾਬਾ ਤੇ ਝੋਲੇ ਠਾਕੁਰ ਨੇ ਸਾਰਾ ਟੋਟਾ ਕਰਨਾ ਸਾਰਿਆਂ ਨੇ ਸੰਗਤਾਂ ਨੇ ਬਹੁਤ ਹੀ ਵਧੀਆ ਤੁਸੀਂ ਸਮਾਂ ਕੱਢਿਆ ਸੋ ਕਰੋ ਬਾਬਾ ਜੀ ਸਤਿਕਾਰ ਆਏ ਸੋ ਦੁਬਾਰਾ ਫਿਰ ਸਾਰੀ ਜਿੰਨੇ ਮੇਰੇ ਵੀਰ ਫੌਜੀ ਵੀਰ ਪਤਵੰਤੇ ਸੱਜਣ ਸਾਡੇ ਨਾਲ ਦੇ ਪਿੰਡਾਂ ਦੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਜੱਜ ਸਾਹਿਬਾਨ ਦਾ ਇਹ ਵੀਰੋ ਤੁਹਾਡੇ ਵੱਲੋਂ ਸਨਮਾਨ ਆ ਸਾਰੇ ਫੌਜੀ ਵੀਰਾਂ ਨੂੰ ਮਾਣ ਆ ਜਿਹੜੇ ਲੋਕੋ ਦੇ ਤੁਸੀਂ ਫੌਜੀ ਹੋ ਸਾਨੂੰ ਤੁਹਾਡੇ ਤੇ ਮਾਣ ਆ ਫੌਜੀ ਵੀਰਾਂ ਨੂੰ ਤੁਸੀਂ ਜਿਹੜੇ ਸਤਿਕਾਰ ਦੇ ਹੱਕਦਾਰ ਆ ਉਹ ਸਤਿਕਾਰ ਨਹੀਂ ਮਿਲਦਾ ਮਿਲਣਾ ਚਾਹੀਦਾ ਜਿਸ ਤਰ੍ਹਾਂ ਦੱਸਿਆ ਗਿਆ ਤੁਹਾਡੀ ਬਦੌਲਤ ਅਸੀਂ ਸਰਾਣੇ ਬਾਂਹ ਧਰ ਕੇ ਸੁਣਨੇ ਆ ਜਦੋਂ ਸਰਹੱਦਾਂ ਤੇ ਸਾਡੇ ਫੌਜੀ ਵੀਰ ਆਪਣੀ ਡਿਊਟੀ ਦੇ ਰਹੇ ਹੁੰਦੇ ਆ ਸੋ ਜਿਸ ਤਰ੍ਹਾਂ ਪਹਿਲਾਂ ਮਹਾਂਪੁਰਸ਼ਾਂ ਨੂੰ ਵੀ ਸਾਰੇ ਵੀਰਾਂ ਨੂੰ ਦੱਸਿਆ ਗਿਆ ਕਿ ਮਾਲਕ ਮਿਹਰ ਕਰੇ ਏਦੋਂ ਵਧੀਆ ਢੰਗ ਨਾਲ ਪਹਿਲਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਇਆ ਕਰੀਏ ਸੋ ਸਾਰੀ ਸੰਗਤ ਦਾ ਸਾਰੀਆਂ ਸਤਿਕਾਰਯੋਗ ਸ਼ਖੀਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਲੱਗਿਆ ਸਾਰੀ ਸੰਗਤ ਸਾਰੀਆਂ ਸ਼ਖੀਤਾਂ ਨੇ ਚਾਹ ਦਾ ਪੜਾਲਾ ਜਰੂਰ ਛੱਕ ਕੇ ਜਾਣਾ ਵੀ ਉਹ ਬਹੁਤ ਕਮੀਆਂ ਰਹਿ ਜਾਂਦੀਆਂ ਕਿਉਂਕਿ ਯੋਧੇ ਦਾ ਦਿਹਾੜਾ ਮਨਾਇਆ ਪਰ ਬਹੁਤ ਸਾਨੂੰ ਮਾਣ ਆ ਕਿ ਆਪਾਂ ਯਾਦ ਕੀਤਾ ਅੱਜ ਦੇ ਦਿਨ ਉਸ ਮਹਾਨ ਸੂਰਬੀਰ ਨੂੰ ਦੁਬਾਰਾ ਫਿਰ ਸਾਰੀਆਂ ਸ਼ਖੀਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।